ਜਰਮਨੀ ਵੱਡੇ ਉਲਟ ਫੇਰ ਦਾ ਸ਼ਿਕਾਰ। ਫੀਫਾ ਵਿਸ਼ਵ ਕੱਪ 2018 ਦੇ ਗਰੁੱਪ ਐਫ ਦੇ ਪਹਿਲੇ ਮੁਕਾਬਲੇ ਵਿੱਚ ਪਿਛਲੀ ਵਾਰ ਦੀ ਚੈਂਪੀਅਨ ਜਰਮਨੀ ਨੂੰ ਵੱਡੇ ਉਲਟ ਫੇਰ ਦਾ ਸ਼ਿਕਾਰ ਹੋਣਾ ਪਿਆ ਅਤੇ ਉਹ ਮੈਕਸੀਕੋ ਖਿਲਾਫ 1-2 ਨਾਲ ਮੈਚ ਹਾਰ ਗਈ। ਸਟਾਰ ਖਿਡਾਰੀਆਂ ਨਾਲ ਭਰੀ ਹੋਈ ਜਰਮਨੀ ਦੀ ਟੀਮ ਬੁਰੀ ਤਰ੍ਹਾਂ ਫਲੋਪ ਰਹੀ ਅਤੇ ਇੱਕ ਵਾਰ ਵੀ ਮੈਕਸੀਕੋ ਦੀ ਡਿਫੈਂਸ ਨੂੰ ਪਾਰ ਨਹੀਂ ਕਰ ਸਕੀ। ਭਾਵੇਂ ਕਿ ਜਰਮਨੀ ਦੀ ਟੀਮ ਨੂੰ ਕਾਫੀ ਵਾਰ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਗੋਲ ਕਰਨ ਵਿੱਚ ਨਾਕਾਮਯਾਬ ਰਹੀ। ਮੁਕਾਬਲੇ ਦਾ ਇਕਲੌਤਾ ਗੋਲ ਪਹਿਲੇ ਅੱਧ ਵਿੱਚ ਹੋਇਆ। ਇਹ ਗੋਲ ਮੈਕਸੀਕੋ ਦੇ ਹਿਰਵਿੰਗ ਲੋਜ਼ਾਨੋ ਨੇ ਕੀਤਾ। ਇਸ ਜਿੱਤ ਦੇ ਨਾਲ ਹੀ ਮੈਕਸੀਕੋ ਨੇ ਪਿਛਲੇ ਸਾਲ ਕਨਫੈਡਰੇਸ਼ਨ ਕੱਪ ਵਿੱਚ ਜਰਮਨੀ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।